ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਡੈਲੀਗੇਸ਼ਨ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮਿਲੇ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ 'ਤੇ ਜੋ ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਇੱਕ ਸਿੱਖ ਨੌਜਵਾਨ ਦਾ ਫੇਕ ਇਨਕਾਊਂਟਰ ਕੀਤਾ ਸੀ, ਉਹਨੂੰ ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਕੋਰਟਸ ਨੇ ਦਿੱਤੀ ਅਤੇ 2 ਸਾਲ ਜੇਲ੍ਹ ਰਹਿਣ ਦੇ ਬਾਵਜੂਦ ਇਕੱਲੇ ਹੀ 2 ਸਾਲ ਬਾਅਦ ਉਹਨਾਂ ਨੂੰ ਮਾਫ਼ੀ ਦੇ ਦਿੱਤੀ। ਇੱਕ ਬਹੁਤ ਵੱਡਾ ਗੁਨਾਹ ਅਤੇ ਪਾਪ ਕੀਤਾ। ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਹਾਂ ਕਿ ਉਹ ਜਿਹੜਾ ਉਹਨਾਂ ਦਾ ਆਰਡਰ ਹੈ ਉਹਨੂੰ ਇਮੀਡੀਏਟਲੀ ਰਿਕਾਲ ਕੀਤਾ ਜਾਏ। ਸਾਡੇ ਨਾਲ ਉਹ ਜਿਹੜਾ ਨੌਜਵਾਨ ਬੱਚਾ ਹਰਜੀਤ ਸਿੰਘ ਜਿਹੜਾ 22 ਸਾਲ ਦੀ ਉਮਰ ਸੀ, ਮਲੇਰਕੋਟਲੇ ਇੱਕ RMP ਡਾਕਟਰ ਦੀ ਦੁਕਾਨ 'ਤੇ ਬੱਚਾ ਕੰਮ ਕਰਦਾ ਸੀ, ਉਸ ਨੂੰ ਹਰਿੰਦਰ ਸਿੰਘ ASI ਦੇ ਨਾਲ ਚਾਰ UP ਦੇ ਪੁਲਿਸ ਮੁਲਾਜ਼ਮ ਆਏ, ਉਸ ਦੀ ਘਰੋਂ ਉਹਨੂੰ ਉਠਾ ਕੇ ਲੈ ਗਏ ਅਤੇ ਉਸ ਟਾਈਮ ਉਸ ਨੌਜਵਾਨ ਬੱਚੇ ਦੀ ਭੈਣ ਬੀਬੀ ਹਰਜਿੰਦਰ ਕੌਰ ਸਾਡੇ ਨਾਲ ਹੈਗੀ, ਹਰਜੀਤ ਕੌਰ ਸਾਡੇ ਨਾਲ ਹੈਗੀ। ਇਹਨਾਂ ਦੇ ਸਾਹਮਣੇ ਉਹ ਬੱਚੇ ਨੂੰ ਉਠਾ ਕੇ ਲੈ ਗਏ ਮਲੌਟ ਥਾਣੇ। ਜਦੋਂ ਆ ਪਰਿਵਾਰ ਭੱਜ ਕੇ, ਸਰ ਮਹਿੰਦਰ ਸਿੰਘ ਉਦੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਸੀ, ਰੋਡਵੇਜ਼ ਦੇ ਵਿੱਚ ਮੁਲਾਜ਼ਮ ਸੀ, ਇੱਕ SC ਪਰਿਵਾਰ, ਗਰੀਬ ਪਰਿਵਾਰ ਨਾਲ ਸੰਬੰਧਿਤ। ਜਦੋਂ ਆ ਮਲੌਟ ਥਾਣੇ ਗਏ, ਉੱਥੇ ਉਹਨਾਂ ਨੂੰ ਕਿਹਾ ਕਿ ਇੱਥੇ ਨਹੀਂ ਹੈ, ਹੋਰ ਕਿਤੇ ਹੈ। ਅਤੇ 4 ਦਿਨ ਬਾਅਦ UP ਦੀ ਖਬਰ ਆਈ ਕਿ ਇੱਕ ਇਨਕਾਊਂਟਰ ਹੋਇਆ ਜਿੱਥੇ ਹਰਜੀਤ ਸਿੰਘ ਨੂੰ ਮਾਰਿਆ ਗਿਆ ਇਨਕਾਊਂਟਰ 'ਚ। ਜਿਹੜਾ ਬੱਚਾ 22 ਸਾਲ ਦਾ ਘਰੋਂ ਚੱਕਿਆ ਗਿਆ ਹੋਇਆ ਪੰਜਾਬ 'ਚੋਂ ਅਤੇ ਉੱਥੇ UP ਜਾ ਕੇ ਫੇਕ ਇਨਕਾਊਂਟਰ ਕੀਤਾ, ਇਹ ਤੋਂ ਮਾੜੀ ਗੱਲ, ਮਰਡਰ, ਵੱਡਾ ਮਰਡਰ ਕੀ ਹੋ ਸਕਦਾ? ਇਸ ਪਰਿਵਾਰ ਨੇ, ਸਰ ਮਹਿੰਦਰ ਸਿੰਘ ਜੀ ਨੇ ਸਾਰੀ ਇਹਨਾਂ ਦੀ ਜਿਹੜੀ ਪੈਨਸ਼ਨ ਸੀ, ਸਾਰਾ ਕੁਛ ਜਿਹੜਾ ਇਹਨਾਂ ਦਾ ਕਮਾਇਆ ਸੀ ਸਰਕਾਰੀ ਨੌਕਰੀ 'ਚ, ਸਾਰਾ ਕੁਛ ਲਾ ਕੇ 22 ਸਾਲ ਲੜਾਈ ਲੜੀ, 22 ਸਾਲ ਕਚਹਿਰੀਆਂ 'ਚ ਆ ਕੇ CBI ਤੋਂ ਇਨਵੈਸਟੀਗੇਟ ਕੀਤਾ ਗਿਆ, CBI ਨੇ ਇਨਵੈਸਟੀਗੇਟ ਕੀਤਾ ਗਿਆ। ਅਤੇ ਜਿਹੜੀ ਵੱਡੀ ਗੱਲ ਹੈ, ਆਨਰੇਬਲ ਜੱਜ ਸਾਹਿਬ ਨੇ ਜੋ ਆਪਣੇ ਆਰਡਰ 'ਚ ਲਿਖਿਆ, ਆ ਆਨਰੇਬਲ ਜੱਜ ਸਾਹਿਬ ਦਾ ਮੈਂ ਆਰਡਰ ਪੜ੍ਹ ਰਿਹਾ ਜਿੱਥੇ ਲਿਖਿਆ, ਦਾ ਮੋਟਿਵ ਆਫ ਦਾ ਅਕਿਊਜ਼, ਜਿਹੜੇ ਚਾਰ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਮਰਡਰ ਕੀਤਾ, ਜੱਜ ਸਾਹਿਬ ਲਿਖਿਆ ਉਹਨਾਂ ਦਾ ਮੋਟਿਵ ਇਜ਼ ਰਿਟ ਲਾਰਜ ਔਨ ਦਾ ਫਾਈਲ। ਫਾਈਲ 'ਚ ਕਹਿੰਦਾ ਸਾਰਾ ਪਤਾ ਲੱਗਦਾ ਦੈਟ ਦ ਮੁਲਾਜ਼ਮ ਵਾਂਟਡ ਟੂ ਮਰਡਰ ਹਰਜੀਤ ਸਿੰਘ ਟੂ ਅਰਨ ਅਵਾਰਡਸ ਐਂਡ ਰਿਵਾਰਡਸ ਫੋਰ ਥੈਮ। ਇੱਕ ਅਵਾਰਡਸ ਅਤੇ ਰਿਵਾਰਡਸ ਲੈਣ ਵਾਸਤੇ ਇੱਕ ਗਰੀਬ ਨੌਜਵਾਨ ਸਿੱਖ ਬੱਚੇ ਨੂੰ ਉਹਨਾਂ ਨੇ ਮਾਰ ਦਿੱਤਾ, ਉਹਨਾਂ ਨੂੰ ਸਜ਼ਾ ਮਿਲਣੀ ਕੀ ਸੀ? ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਜੇਲ੍ਹ 'ਚੋਂ ਕਢਾ ਦਿੱਤਾ। ਵੱਡੀ ਗੱਲ ਹੈ, ਇਸ ਪਰਿਵਾਰ ਨੇ ਜਦੋਂ ਉਮਰ ਕੈਦ ਦੀ ਸਜ਼ਾ ਹੋਈ, ਸਰ ਮਹਿੰਦਰ ਸਿੰਘ ਨੇ ਅਪੀਲ ਫਾਈਲ ਕੀਤੀ ਹਾਈਕੋਰਟ 'ਚ, ਡਬਲ ਬੈਂਚ ਅਪੀਲ ਅੱਜ ਵੀ ਚੱਲ ਰਹੀ ਹੈ ਕਿ ਇਹਨੂੰ ਇਹ ਤੋਂ ਵੀ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਮੇਰੇ ਬੱਚੇ ਦੇ ਕੱਲ੍ਹ ਨੂੰ। ਉਹ ਅਪੀਲ ਹਲੇ ਹਾਈਕੋਰਟ 'ਚ ਹੈ, ਮਤਲਬ ਪਰਸੋਂ ਦੀ ਤਰੀਕ ਸੀ ਅਤੇ ਪੰਜਾਬ ਸਰਕਾਰ ਨੇ ਛੱਡਤਾ। ਐਜ਼ ਪਰ ਲੋ, ਪਹਿਲੀ ਗੱਲ, ਪੰਜਾਬ ਸਰਕਾਰ ਛੱਡ ਨਹੀਂ ਸਕਦੀ। ਅਸੀਂ ਗਵਰਨਰ ਸਾਹਿਬ ਨੂੰ ਕਿਹਾ ਇਹਨਾਂ ਨੇ ਫੈਕਟਸ ਉੱਥੋਂ ਲੁਕੋਏ ਹੈ, ਜਾਣ ਕੇ ਅਸੀਂ ਚਾਹੁੰਦੇ ਕਿ ਸਾਰੇ ਫੈਕਟਸ ਬੁਲਾਓ। ਹੁਣ ਆ ਗਰੀਬ ਪਰਿਵਾਰ ਆ ਵਿਚਾਰੇ ਕੋਲ, ਹੁਣ ਸਰ ਮਹਿੰਦਰ ਸਿੰਘ ਕੋਲ ਪੈਸਾ ਹੀ ਖਤਮ ਹੋ ਗਿਆ। ਅੱਜ ਉਹ ਸਰ ਮਹਿੰਦਰ ਸਿੰਘ ਆਪਣੀ ਬੇਟੀ ਦੇ ਘਰ ਰਹਿੰਦੇ ਆ, ਬੇਟੀ ਦਿਹਾੜੀ ਕਰਦੀ ਹੈ, ਬੇਟੀ ਦਿਹਾੜੀ ਕਰਕੇ ਇੱਕ ਆਮਦਨ ਕਰਦੀ ਹੈ, ਕਮਾਉਂਦੀ ਹੈ, ਅਤੇ ਆ ਬਜ਼ੁਰਗ ਉਹਨਾਂ ਦੇ ਘਰ ਰਹਿੰਦੇ ਆ, ਅਤੇ ਇਹਨਾਂ ਦੇ ਬੱਚੇ ਨੂੰ ਮਾਰ ਕੇ ਪੁਲਿਸ ਵਾਲੇ ਚਲੇ ਜਾਣ
ਕੱਲਾ ਹੀ ਮੁੰਡਾ ਵਿਚਾਰੇ ਦਾ, ਕੱਲਾ ਮੁੰਡਾ 22 ਸਾਲ ਲੜਾਈ ਕਰਕੇ, ਅਤੇ ਹੁਣ 2 ਸਾਲ ਬਾਅਦ ਤੁਸੀਂ ਛੱਡ ਦਿਓ ਕਾਤਲਾਂ ਨੂੰ, ਇਹਨਾਂ ਵਿਚਾਰਿਆਂ ਦੇ ਦਿਲ 'ਤੇ ਕੀ ਗੁਜ਼ਰੂਗੀ? ਸੋ ਮੈਂ, ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਹੈ, ਰਿਕੁਐਸਟ ਕੀਤੀ ਹੈ ਕਿ ਪੂਰੇ ਪੰਜਾਬ ਵਿੱਚ ਇਟ ਇਜ਼ ਕ੍ਰੀਏਟਿੰਗ ਵੈਰੀ ਸਟਰੋਂਗ ਸੈਂਟੀਮੈਂਟਸ। ਜਿਹੜੇ ਪੰਜਾਬ ਸਰਕਾਰ ਨੇ, ਬਹੁਤ ਵੱਡਾ ਕੈਪਟਨ ਸਾਹਿਬ ਨੇ ਬਹੁਤ ਵੱਡਾ ਗੁਨਾਹ ਕੀਤਾ, ਪਾਪ ਕੀਤਾ, ਕਿ ਐਡੇ ਵੱਡੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਅਤੇ ਉਹਨਾਂ ਨੂੰ ਛੱਡ ਦਿੱਤਾ। ਅਤੇ ਜੇ ਆ ਗਵਰਨਰ ਸਾਨੂੰ ਪੋਜ਼ਿਟਿਵ ਰਿਸਪੋਂਸ ਨਹੀਂ ਆਉਂਦਾ, ਜੇ ਕਾਨੂੰਨ ਦੇ ਤਹਿਤ ਨਹੀਂ ਕਰਦੇ, ਵੀ ਵਿਲ ਟੇਕ ਦ ਨੈਕਸਟ ਸਟੈਪ, ਵੀ ਆਰ ਲੁਕਿੰਗ ਐਟ, ਵੀ ਵਿਲ ਗੋ। ਆਪ ਤੁਸੀਂ ਦੱਸੋ। ਹਾਂਜੀ, 6:93 ਦੀ ਗੱਲ ਆ ਜੀ ਇਹ। 11:15 ਏ ਐੱਸ ਆਈ ਹਰਿੰਦਰ ਸਿੰਘ ਚੌਂਕੀ ਇੰਚਾਰਜ ਬਲੌਕ ਜੀ, ਉਹ ਸਾਡੇ ਘਰ ਆਇਆ ਜੀ, ਆ ਕੁੜੀ ਮੇਰੀ ਘਰ ਸੀ 11:15 ਦਿਨੇ ਜੀ। ਉਹ ਕਹਿੰਦਾ ਵੀ ਅਸੀਂ ਹਰਜੀਤ ਸਿੰਘ ਨੂੰ ਬਲੌਕ ਲੈ ਕੇ ਜਾਣਾ, ਵੀ ਉੱਥੇ ਪੁੱਛਗਿੱਛ ਕਰਨੀ ਆ। ਇਹ ਕੁੜੀ ਕਹਿੰਦੀ ਭਾਈ ਲੈ ਜਾਓ, ਪੁੱਛਗਿੱਛ ਕਰਤੀ। ਰਾਤ ਨੂੰ ਮੈਂ ਆਇਆ ਡਿਊਟੀ ਤੋਂ, ਇਹ ਕੁੜੀ ਕਹਿੰਦੀ ਬਾਪੂ ਉਹਨੂੰ ਪੁਲਿਸ ਵਾਲੇ ਲੈ ਗਏ ਮਲੌਦ ਵਾਲੇ। ਆ ਸਰਪੰਚ ਸਾਹਿਬ ਰਘਵੀਰ ਸਿੰਘ ਇਹਨਾਂ ਕੋਲ ਗਏ ਸੀ ਕਮਰੇ, ਇਹ ਕਹਿੰਦੇ ਵੀ ਹੁਣ ਤਾਂ ਗਏ 9:00, ਵੀ ਹੁਣ ਆਪਾਂ ਸਵੇਰੇ ਚੱਲਾਂਗੇ। ਸਵੇਰੇ ਅਸੀਂ ਪੰਚਾਇਤ ਲੈ ਕੇ ਗਏ, ਸਾਰੇ ਬੰਦੇ ਉੱਥੇ ਗਏ, ਮਲੌਦ ਹਰਿੰਦਰ ਸਿੰਘ ਨੂੰ ਮਿਲੇ। ਹਰਿੰਦਰ ਸਿੰਘ ਕਹਿੰਦਾ ਮੈਂ ਤਾਂ ਉੱਥੇ ਪੈਲ ਛੱਡ ਆਇਆ। ਅਸੀਂ ਪੈਲ ਗਏ ਸਾਰੇ ਬੰਦੇ, ਪੈਲ ਵਾਲਾ ਉਹ ਗੁੱਜਰ ਸੀਗਾ, ਮੁਸਲਮਾਨ ਪਤਾ ਨਹੀਂ ਕੀ, ਹਿੰਦੂ ਗੁੱਜਰ, ਉਹ ਕਹਿੰਦਾ ਜੀ ਮੇਰੇ ਤੋਂ ਤਾਂ ਹਰਿਦੁਆਰ ਦੀ ਪੁਲਿਸ ਲੈ ਗਈ, ਸਾਨੂੰ ਹਰਿਦੁਆਰ ਭੇਜਤਾ। 3-4 ਗਿਰੇ ਹਰਿਦੁਆਰ ਸਾਡੇ ਲਾਗੇ, ਉਹ ਹਰਿਦੁਆਰ ਵਾਲੇ ਕਹਿੰਦੇ ਵੀ ਅਸੀਂ ਤਾਂ ਇਹ ਕੰਮ ਘਟੀਆ ਕਰਦੇ ਨਹੀਂ, ਇਹ ਤਾਂ ਪੰਜਾਬ ਪੁਲਿਸ ਹੀ ਕਰਦੀ ਆ। ਉੱਥੋਂ ਸਾਨੂੰ ਆ ਕੇ ਫਿਰ ਅਸੀਂ ਉਹ ATS ਵੀ ਨਾਲ ਲੜੇ ਪੈਲ। ਅਸੀਂ ਕਹਾਂ ਤੂੰ ਸਾਨੂੰ ਉੱਧਰ ਨੂੰ ਭਜਾਈ ਜਾਂਦਾ, ਤੂੰ ਗੱਲ ਕਰ ਦੱਸ, ਤੂੰ ਅਸਲੀ ਗੱਲ ਦੱਸ। ਉਹ ਕਹਿੰਦਾ ਚੁੱਪ ਕਰ ਜੂ, ਮੇਰੇ ਨਾਲ ਲੜੋ, ਆਹ ਲੋ ਅਖਬਾਰ, ਉਹਦਾ ਮੁਕਾਬਲਾ ਹੋ ਗਿਆ ਯੂਪੀ 'ਚ। ਅਸੀਂ ਕਿਹਾ ਕਿਵੇਂ ਹੋ ਗਿਆ, ਤੂੰ ਲੈ ਕੇ ਤਾਂ ਘਰੋਂ ਆਏ ਹੋ, 6:93 ਨੂੰ ਮੁਕਾਬਲਾ ਕਿਵੇਂ ਹੋ ਗਿਆ? ਉਹ ਕਹਿੰਦਾ ਮੈਨੂੰ ਨਹੀਂ ਪਤਾ, ਇਹ ਜਾ ਕੇ ਬਾਹਰ ਪਤਾ ਕਰੋ। ਫਿਰ ਅਸੀਂ ਉੱਥੇ ਅਰਜੀ ਲਾਈ ਹਾਈਕੋਰਟ, 4-5 ਵਕੀਲਾਂ ਨੂੰ ਮਿਲੇ, ਕਿਸੇ ਨੇ ਸਾਡੀ ਮਦਦ ਨਹੀਂ ਕੀਤੀ। ਤਰੀਕ 'ਤੇ ਨਹੀਂ ਗਏ ਵਕੀਲ, ਪੁਲਿਸ ਵਾਲਿਆਂ ਨੂੰ ਪਤਾ ਨਹੀਂ ਕੀ ਸਿੰਘਾਉਂਦੇ ਤੇ, ਪੈਸੇ ਦਿੰਦੇ ਤੇ, ਕੀ ਦਿੰਦੇ ਤੇ। ਹਾਰ ਕੇ ਫਿਰ ਭਾਡੇਵਾਲ ਦਾ ਇੱਕ ਸਰਦਾਰ ਆਏ, ਦਵਾਰਾ ਸਿੰਘ ਗਿੱਲ, ਉਹਨਾਂ, ਉਹ ਮੇਰੇ ਆੜੀ ਦੇ ਬੱਸ ਮੇਰੇ ਨਾਲ ਚੜ੍ਹਦੇ ਚੁੜਦੇ, ਉਹਨਾਂ ਨੂੰ ਮਿਲਿਆ ਮੈਂ ਜਾ ਕੇ। ਉਹ ਕਹਿੰਦੇ ਵੀ ਜਾ ਜਾਗਰ ਸਿੰਘ ਜੱਜ ਕੋਲ ਜਾ, ਅਸੀਂ ਉਹਨੂੰ ਫੋਨ ਕਰ ਦਿੰਦੇ ਹਾਂ। ਜਾਗਰ ਸਿੰਘ ਕੋਲ ਗਏ, ਉਹਨਾਂ ਨੂੰ ਦੱਸਿਆ, ਉਹਨਾਂ ਨੇ CBI ਕਹਿ ਕੇ CBI ਨੂੰ ਕੇਸ ਲਵਾ ਦਿੱਤਾ। 16 ਸਾਲ CBI ਨੂੰ ਕੇਸ ਚੱਲਿਆ, 1:12 ਨੂੰ 1 ਵਜੇ ਉਹਨਾਂ ਨੂੰ ਪਟਿਆਲੇ ਤੋਂ CBI ਦੀ ਕੋਰਟ ਤੋਂ ਸਪੈਸ਼ਲ 'ਚੋਂ ਉਮਰ ਕੈਦ, 20,000 ਜੁਰਮਾਨਾ, 4 ਬੰਦਿਆਂ ਨੂੰ ਆਇਆ, 4 ਬੰਦਿਆਂ ਨੂੰ ਸਜ਼ਾ ਹੋਈ, ਉਮਰ ਕੈਦ, 20,000 ਰੁਪਇਆ ਜੁਰਮਾਨਾ ਜੀ। ਫਿਰ ਸਾਨੂੰ ਪਰਸੋਂ ਪਤਾ ਲੱਗਿਆ ਜੀ, 21 ਤਰੀਕ ਨੂੰ ਸੁਖਪਾਲ ਸਿੰਘ ਖਹਿਰਾ ਨੇ ਸਾਡੇ ਕੋਲ ਬੰਦੇ ਭੇਜੇ, ਗੱਡੀ ਦੇ ਕੇ ਭੇਜੇ। ਉਹ ਕਹਿੰਦਾ ਵੀ ਉਹ ਬੰਦੇ ਤੁਹਾਡੇ ਨਾਲ ਆਹ ਗੱਲ ਹੋ ਗਿਆ। ਫਿਰ ਇੱਥੇ ਅਸੀਂ ਆਏ, ਉਹਨਾਂ ਨੇ ਗਵਰਨਰ ਸਾਹਿਬ ਨੂੰ ਮਿਲੇ, ਨਹੀਂ ਮਿਲੇ ਨਹੀਂ ਹੈਗੇ, ਪ੍ਰੈਸ ਕਾਨਫਰੰਸ ਕੀਤੀ, ਹੋਰ ਗੱਲਾਂ ਬਾਤਾਂ, ਟ੍ਰਿਬਿਊਨਲ ਵਾਲਿਆਂ ਨੂੰ ਮਿਲੇ, ਐਕਣੇ ਸੀ। ਫਿਰ ਹੁਣ ਅਸੀਂ, ਸਾਡੀ ਇਹੀ ਮੰਗ ਹੈ ਵੀ ਪੁਲਿਸ ਵਾਲਿਆਂ ਨੂੰ ਦੁਬਾਰਾ ਫੜ ਕੇ ਜੇਲ੍ਹ ਦਿੱਤਾ ਜਾਵੇ, ਸਖ਼ਤ ਸਜ਼ਾਵਾਂ ਦਿੱਤੀਆਂ ਨੇ ਸਾਨੂੰ। ਸਾਨੂੰ ਕਿਸੇ ਨੇ ਸਾਡੇ ਨੇ ਪੈਸੇ ਦੀ ਮਦਦ ਨਹੀਂ ਕੀਤੀ ਅੱਜ ਤੱਕ, ਸਾਡੇ ਕੋਲ ਸਾਰਾ ਕੁਝ ਵੇਚਿਆ ਜੋ ਕੁਝ ਸੀਗਾ, ਘਰ ਵੀ ਵੇਚਿਆ, ਸਾਰਾ ਕੁਝ ਵੇਚਿਆ। ਮੈਂ ਕੁੜੀ ਕੋਲ ਰਹਿਣਾ ਮੇਰੀ ਕੋਲ, ਸਾਨੂੰ ਹੁਣ ਮੁਆਵਜ਼ਾ ਵੀ ਦਿੱਤਾ ਜਾਵੇ, ਸਾਡੇ ਕੋਲ ਚਾਹ ਪੀਣ ਨੂੰ ਪੈਸੇ ਨਹੀਂ, ਰੋਟੀ ਖਾਣ ਨੂੰ ਸਾਡੇ ਕੋਲ ਪੈਸੇ ਨਹੀਂ ਹੈਗੇ ਕੋਈ, 26 ਸਾਲ ਹੋ ਗਏ ਸਾਨੂੰ ਕੇਸ ਲੜਦੇ ਨੂੰ, ਅਜੇ ਮੁਆਵਜ਼ੇ ਦਾ ਕੇਸ ਪੈਂਡਿੰਗ ਪਿਆ ਇੱਥੇ ਸਾਡਾ। ਘੱਟ ਤੋਂ ਘੱਟ ਪਹਿਲਾਂ ਤਾਂ 1 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ। ਇੱਕ ਨੌਜਵਾਨ ਬੱਚੇ ਨੂੰ ਇਹਨਾਂ ਨੇ ਮਰਡਰ ਕੀਤਾ, ਇੱਕ ਰਿਕਾਲ ਕਰਨਾ ਚਾਹੀਦਾ। ਤੁਸੀਂ ਦੇਖੋ ਜੀ ਕਿ ਜਿਹੜਾ ਡਾਕਟਰ ਦੇ ਕੰਮ ਕਰਦਾ ਸੀ, ਉਹਨੇ ਵੀ ਬਿਆਨ ਦਿੱਤਾ CBI ਕੋਰਟ 'ਚ ਕਿ ਬਹੁਤ ਸ਼ਰੀਫ ਬੱਚਾ ਸੀ, 22 ਸਾਲ ਦਾ ਬੱਚਾ ਬੜਾ ਸ਼ਰੀਫ ਸੀ। ਸੋ ਮੈਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ, ਇੰਨੇ ਵੱਡੇ ਪਾਪ ਨਾ ਕਰੋ। ਜੇ ਤੁਸੀਂ ਵੱਡੇ ਵੱਡੇ ਦੋਸ਼ੀਆਂ ਨੂੰ ਬਚਾਓਗੇ, ਮੁੱਖ ਮੰਤਰੀ ਲੈਣ ਦੇ ਲਾਇਕ ਨਹੀਂ ਤੁਸੀਂ। ਥੈਂਕ ਯੂ। ਪਹਿਲੀ ਗੱਲ ਮੈਂ ਤੁਹਾਨੂੰ ਉਦੋਂ ਪਹਿਲੇ ਵੀ ਰਿਪੀਟ ਕਰਤੀ, ਤੁਸੀਂ ਉਹ ਕੋਈ ਗੱਲ ਕਰਨ ਦੀ ਲੋੜ ਨਹੀਂ। ਇੱਕ ਵੀ ਸਾਡੀ ਸਰਕਾਰ ਦੇ ਵਿੱਚ ਇੱਕ ਵੀ ਗਵਰਨਮੈਂਟ ਨੇ ਸਾਨੂੰ, ਇੱਕ ਸਾਡੇ ਗਵਰਨਮੈਂਟ ਡਿਪਾਰਟਮੈਂਟ ਕਿਤੇ ਨਹੀਂ ਗਏ, ਆਈ ਸੀ ਗਵਰਨਰ ਕੋਲ, ਇਹਨਾਂ ਕੋਲ, ਇਹਨਾਂ ਨੇ ਸਿੱਧੇ ਹੀ ਜੇਲ੍ਹ ਡਿਪਾਰਟਮੈਂਟ ਨੂੰ ਭੇਜੀ ਫੋਰ ਕਮੈਂਟਸ। ਉਹਦੇ ਬਾਅਦ ਜਦੋਂ ਕਮੈਂਟ ਆਏ, ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ, ਜੇਲ੍ਹ ਡਿਪਾਰਟਮੈਂਟ ਨੇ ਕਿ ਆ CBI ਕੇਸ ਹੈ। ਕੈਪਟਨ ਅਮਰਿੰਦਰ ਸਿੰਘ ਨੇ 14-3 ਨੂੰ ਰਿਕਮੈਂਡ ਕੀਤਾ ਕਿ ਉਹਨੇ ਲਿਖਿਆ ਕਿ ਜਿਹੜੇ ਜੇਲ੍ਹ ਡਿਪਾਰਟਮੈਂਟ ਨੇ, ਕਿ ਗਵਰਨਮੈਂਟ ਆਫ ਇੰਡੀਆ ਦੇ ਪਰਮਿਸ਼ਨ ਦੇ ਬਗੈਰ ਨਾ ਨਹੀਂ ਹੋਣਾ ਚਾਹੀਦਾ। ਕੈਪਟਨ ਸਾਹਿਬ ਨੇ ਉਹਦੇ ਨੋਟ 'ਚ ਲਿਖਿਆ ਕਿ ਪਰਮਿਸ਼ਨ ਬਾਅਦ 'ਚ ਲੈਂਦੇ ਰਹਾਂਗੇ, ਪਹਿਲੇ ਇਹਨਾਂ ਨੂੰ ਪਾਰਡਨ ਕੀਤਾ ਜਾਏ। ਦੇਖੋ ਐਡਾ ਵੱਡਾ ਗੁਨਾਹ ਕੀ ਹੈ। ਥੈਂਕ ਯੂ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸਾਰੀਆਂ ਫਾਈਲ ਪੜ੍ਹ ਲਓ। ਰੰਧਾਵਾ ਵੱਲੋਂ ਆਰਡਰ ਦਿੱਤੇ ਗਏ ਸੀ, ਰੰਧਾਵਾ ਨੇ
ਸੀ ਜੈ ਜੀਆਂ ਕਟੂਤਾ ਰੰਧਾਵਾ ਸਾਹਿਬ ਜਦੋਂ ਦੇ ਮੰਤਰੀ ਬਣੇ ਹੈ ਤੁਸੀਂ ਦੇਖਿਆ ਅੱਜ ਫਿਰ ਤੋਂ ਜੇਲ੍ਹ ਦੇ ਲੁਧਿਆਣਾ ਜੇਲ੍ਹ 'ਚ ਕੈਦੀ ਮਰ ਗਏ ਹੋ ਕੀ ਰਿਹਾ ਆਹ ਜ਼ਿੰਮੇਵਾਰੀ ਕੈਪਟ ਜੋ ਉੱਥੇ ਮਰਡਰ ਹੋ ਰਹੇ ਹੈ ਬੰਦੇ ਮਰ ਰਹੇ ਹੈ ਜ਼ਿੰਮੇਵਾਰ ਮਨਿਸਟਰ ਰੰਧਾਵਾ ਇਹਦੇ 'ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਜੇ ਨਹੀਂ ਕਰਾਉਂਗੇ ਤਾਂ ਅਸੀਂ ਕਰਾਵਾਂਗੇ ਅਤੇ ਹੀ ਇਜ਼ ਰਿਸਪੋਂਸਿਬਲ ਬਿਕੋਜ਼ ਹੀ ਇਜ਼ ਦਾ ਪਰਸਨ ਰਿਸਪੋਂਸਿਬਲ ਫੋਰ ਐਵਰੀਥਿੰਗ ਥੈਂਕ ਯੂ ਘੱਟੋ ਘੱਟ ਸਰਕਾਰ ਜਿਹੜੀ ਹੈ ਮੁਆਵਜ਼ਾ ਦੇਵੇ ਕਿਉਂਕਿ ਵੱਡਾ ਜ਼ੁਰਮ ਜਿਹੜਾ ਕੀਤਾ ਗਿਆ ਫਰਜ਼ੀ ਮੁਕਾਬਲਾ 22 ਸਾਲ ਦਾ ਮਾਸੂਮ ਜਿਹੜਾ ਕਿ ਬਹੁਤ ਹੀ ਜ਼ਿਆਦਾ ਸ਼ਰੀਫ ਸੀ ਉਹਨਾਂ ਦੇ ਨਾਲ ਮਿਲ ਵਰਤਣ ਵਾਲਿਆਂ ਨੇ ਵੀ ਆਖਿਆ ਕਿ ਬਹੁਤ ਸ਼ਰੀਫ ਸੀ ਅਤੇ ਸਿਰਫ ਇਹ ਜਿਹੜਾ ਇਨਕਾਊਂਟਰ ਦੇ ਵਿੱਚ ਉਸ ਨੂੰ ਮਾਰਿਆ ਗਿਆ ਅਤੇ ਵੱਡਾ ਜ਼ੁਰਮ ਕੀਤਾ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਛੁਡਵਾ ਦਿੱਤਾ ਗਿਆ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਸਾਫ਼ ਤੌਰ 'ਤੇ ਨਿਸ਼ਾਨੇ ਸਾਧੇ ਨੇ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਨੇ 22 ਸਾਲਾਂ ਇਨਸਾਫ 22 ਸਾਲ ਇਨਸਾਫ ਦੇ ਲਈ ਲੜਿਆ ਪਰਿਵਾਰ ਇਹ ਵੀ ਕਿਹਾ ਸੁਖਬੀਰ ਸਿੰਘ ਬਾਦਲ ਨੇ 2 ਸਾਲ 'ਚ ਬਰੀ ਕੀਤੇ ਮੁਲਜ਼ਮ ਹਰਜੀਤ ਸਿੰਘ ਨੂੰ ਪੁਲਿਸ ਦੇ ਘਰ ਤੋਂ ਚੁੱਕ ਕੇ ਫਰਜ਼ੀ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਅਤੇ ਤਰੱਕੀ ਦੇ ਲਈ 4 ਪੁਲਿਸ ਮੁਲਾਜ਼ਮਾਂ ਨੇ ਹਰਜੀਤ ਨੂੰ ਮਾਰਿਆ ਇਹ ਵੱਡਾ ਕਾਂਡ ਕੀਤਾ ਗਿਆ ਕਾਨੂੰਨ ਦਾ ਵੱਡੇ ਸਵਾਲ ਖੜ੍ਹੇ ਹੁੰਦੇ ਨੇ ਪੁਲਿਸ ਪ੍ਰਸ਼ਾਸਨ 'ਤੇ ਸਰਕਾਰ 'ਤੇ ਸੁਖਬੀਰ ਸਿੰਘ ਬਾਦਲ ਨੇ ਸਾਫ਼ ਤੌਰ 'ਤੇ ਪ੍ਰੈਸ ਕਾਨਫਰੰਸ ਕੀਤੀ ਮੀਡੀਆ ਦੇ ਸਾਹਮਣੇ ਮੁਖਾਤਿਬ ਪਰਿਵਾਰ ਵੀ ਹੋਇਆ ਅਤੇ ਸੁਖਬੀਰ ਸਿੰਘ ਬਾਦਲ ਵੀ ਪਰਿਵਾਰ ਨੇ ਖੁਦ ਮੰਨਿਆ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਫਰਜ਼ੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਅਤੇ ਹਾਲਾਤ ਇਹ ਨੇ ਪਰਿਵਾਰ ਦੇ ਕਿ ਉਹ ਉਹਨਾਂ ਦੇ ਕੋਲ ਇਸ ਵੇਲੇ ਖਾਣ ਪੀਣ ਲਈ ਵੀ ਗੁਜ਼ਾਰੇ ਕਰਨ ਦੇ ਲਈ ਵੀ ਪੈਸੇ ਨਹੀਂ ਹਨ ਅਤੇ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘੱਟੋ ਘੱਟ 1 ਕਰੋੜ ਰੁਪਇਆ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਪਰਿਵਾਰ ਨੂੰ ਕਿਉਂਕਿ ਸਿਰਫ ਆਪਣੀ ਵਾਹੋਵਾਹੀ ਕਰਾਉਣ ਦੇ ਲਈ ਆਪਣੀਆਂ ਤਰੱਕੀਆਂ ਦੇ ਲਈ ਪੁਲਿਸ ਮੁਲਾਜ਼ਮਾਂ ਨੇ ਇਹ ਵੱਡਾ ਕਾਂਡ ਕੀਤਾ ਫਰਜ਼ੀ ਮੁਕਾਬਲੇ 'ਚ 22 ਸਾਲ ਦੇ ਹਰਜੀਤ ਨੂੰ ਮਾਰ ਮੁਕਾਇਆ ਐਨਕਾਊਂਟਰ ਕਰ ਦਿੱਤਾ ਗਿਆ ਪੰਜਾਬ ਦਾ ਮੁੰਡਾ ਹਰਜੀਤ ਜਿਸਦੇ ਹੱਕ ਦੇ ਲਈ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰ ਰਹੇ ਸਨ ਇਹਨਾਂ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੀ ਸਰਕਾਰ ਨੇ ਕੁਝ ਹੀ ਸਮੇਂ ਦੇ ਵਿੱਚ ਮੁਲਜ਼ਮਾਂ ਨੂੰ ਬਰੀ ਕਰਵਾ ਦਿੱਤਾ ਹਰਜੀਤ ਸਿੰਘ ਨੂੰ ਪੁਲਿਸ ਮੁਲਾਜ਼ਮਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਸਾਫ਼ ਤੌਰ 'ਤੇ ਕਿਹਾ ਕਿ ਐਨਕਾਊਂਟਰ ਨਹੀਂ ਕਤਲ ਮਰਡਰ ਉਹਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਪੰਜਾਬ ਦਾ ਮੁੰਡਾ ਜਿਹੜਾ ਉਹ ਦੂਸਰੇ ਸੂਬੇ ਦੇ ਵਿੱਚ ਲਿਜਾ ਕੇ ਮਾਰਿਆ ਗਿਆ ਜੋ ਕਿ ਵੱਡਾ ਕਾਂਡ ਕੀਤਾ ਗਿਆ ਪ੍ਰੈਸ ਕਾਨਫਰੰਸ ਕੀਤੀ ਗਈ ਦੱਸਦੀ ਹੈ ਕਿ ਅੱਜ ਵਫ਼ਦ ਜਿਹੜਾ ਉਹ ਮੁਲਾਕਾਤ ਕਰਨ ਲਈ ਪਹੁੰਚਿਆ ਸੀ ਰਾਜਪਾਲ ਦੇ ਨਾਲ ਜਿਨ੍ਹਾਂ ਨੇ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਾਹਮਣੇ ਆਈ ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਉਹਨਾਂ ਨੇ ਮੁਲਾਕਾਤ ਦੇ ਵਿੱਚ ਵੀ ਮੰਗ ਪੱਤਰ ਸੌਂਪਿਆ ਅਤੇ ਜਿਹੜਾ ਫਰਜ਼ੀ ਮੁਕਾਬਲਿਆਂ ਦੇ ਵਿੱਚ ਨੌਜਵਾਨ ਪੰਜਾਬ ਦੇ ਮੁੰਡੇ ਮਾਰੇ ਗਏ ਨੇ ਉਹਨਾਂ ਦੇ ਇਨਸਾਫ਼ ਦੇ ਲਈ ਇਹਨਾਂ ਨੇ ਗੁਹਾਰ ਲਗਾਈ ਹੈ ਦਲਜੀਤ ਸਿੰਘ ਚੀਮਾ ਅਤੇ ਪੁੰਦੜ ਇਹਨਾਂ ਦੇ ਨਾਲ ਮੌਜੂਦ ਸਨ ਸੀਨੀਅਰ ਨੇਤਾ ਅਕਾਲੀ ਦਲ ਦੇ ਅਤੇ ਅਗਵਾਈ ਸੁਖਬੀਰ ਸਿੰਘ ਬਾਦਲ ਖੁਦ ਕਰ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਮੁਲਾਕਾਤ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਸਾਫ਼ ਤੌਰ 'ਤੇ ਹਾਲਾਤ ਜਿਹੜੇ ਪਰਿਵਾਰ ਦੇ ਉਹ ਸਭ ਦੇ ਸਾਹਮਣੇ ਲਿਆਂਦੇ ਅਤੇ ਖੁਦ ਪਰਿਵਾਰ ਦਾ ਵੀ ਕਹਿਣਾ ਜਿਹੜੇ ਮੌਜੂਦ ਸਨ ਉਹਦਾ ਕਹਿਣਾ ਕਿ ਉਹ ਉਹਨਾਂ ਦੇ ਕੋਲ ਇਸ ਵੇਲੇ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਲਈ ਵੀ ਪੈਸੇ ਨਹੀਂ ਹਨ ਕਿਉਂਕਿ ਉਹਨਾਂ ਵੱਲੋਂ ਇਹ ਕੇਸ ਜਿਹੜਾ ਲੰਬੇ ਸਮੇਂ ਤੋਂ ਲੜਿਆ ਜਾ ਰਿਹਾ ਪਰ ਕਿਸੇ ਪਾਸੇ ਵੀ ਉਹ ਇਨਸਾਫ਼ ਜਿਹੜਾ ਉਹਨਾਂ ਨੂੰ ਮਿਲਦਾ ਨਹੀਂ ਨਜ਼ਰ ਆ ਰਿਹਾ ਹਰਜੀਤ ਸਿੰਘ ਨੂੰ ਪੁਲਿਸ ਦੱਸੀਏ ਉਸਦੇ ਪਰਿਵਾਰ ਨੇ ਦੱਸਿਆ ਕਿ ਪੁਲਿਸ ਘਰੋਂ ਚੁੱਕ ਕੇ ਲੈ ਗਈ ਅਤੇ ਇਸ ਬਾਅਦ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੁਕਾਬਲਾ ਹੋਇਆ ਅਤੇ ਮੁਕਾਬਲੇ ਦੇ ਵਿੱਚ ਉਹਨਾਂ ਦਾ ਜਿਹੜਾ ਪੁੱਤਰ ਹੈ ਉਹ ਮਾਰਿਆ ਗਿਆ ਸਾਫ਼ ਤੌਰ 'ਤੇ ਪਰਿਵਾਰ ਸਵਾਲ ਚੁੱਕ ਰਿਹਾ ਕਿ ਜਦੋਂ ਇੱਕ ਦਿਨ ਪਹਿਲਾਂ ਹੀ ਘਰੋਂ ਚੁੱਕ ਕੇ ਲੈ ਗਏ ਨੇ ਤਾਂ ਮੁਕਾਬਲਾ ਕਿਸ ਗੱਲ ਦਾ ਕਿਸ ਚੀਜ਼ ਦਾ ਮੁਕਾਬਲਾ ਯਾਨੀ ਕਿ ਸਾਫ਼ ਤੌਰ 'ਤੇ ਫੇਕ ਇਨਕਾਊਂਟਰ ਮਾਮਲਾ ਜਿਹੜਾ ਪਰਿਵਾਰ ਵੱਲੋਂ ਆਖਿਆ ਜਾ ਰਿਹਾ ਕਿ ਫੇਕ ਇਨਕਾਊਂਟਰ ਕੀਤਾ ਗਿਆ ਪੁਲਿਸ ਮੁਲਾਜ਼ਮਾਂ 'ਤੇ ਸਵਾਲ ਖੜ੍ਹੇ ਕੀਤੇ ਨੇ ਸਾਫ਼ ਤੌਰ 'ਤੇ ਕਿਹਾ ਗਿਆ ਕਿ ਪੁਲਿਸ ਮੁਲਾਜ਼ਮਾਂ ਨੇ ਆਪਣੀ ਤਰੱਕੀ ਦੇ ਲਈ ਪ੍ਰਮੋਸ਼ਨ ਦੇ ਲਈ ਆਪਣੀ ਵਾਹੋਵਾਹੀ ਲਈ ਵੱਡਾ ਕਦਮ ਚੁੱਕਿਆ ਇਸ ਤਰੀਕੇ ਦਾ ਕਾਂਡ ਕੀਤਾ ਵਿਨੀਤ ਕਪੂਰ ਜੁੜੇ ਨੇ ਸਾਡੇ ਨਾਲ ਪੱਤਰਕਾਰ
ਤੇ ਉਹਨਾਂ ਦੇ ਕੋਲ ਚੱਲਦੇ ਹਾਂ, ਗੱਲਬਾਤ ਕਰਦੇ ਹਾਂ। ਵਿਨੀਤ ਤੌਰ ਤੋਂ ਜਾਣਨਾ ਚਾਹਾਂਗੇ, ਸੁਖਬੀਰ ਸਿੰਘ ਬਾਦਲ ਦੇ ਨਾਲ ਪਰਿਵਾਰ ਵੀ ਮੌਜੂਦ ਸੀ, ਸਾਫ਼ ਤੌਰ 'ਤੇ ਉਹਨਾਂ ਨੇ ਕਿਹਾ ਕਿ ਹਾਲਾਤ ਜਿਹੜੇ ਸੀਗੇ ਕਿ ਹਾਲਾਤ ਉੱਥੇ ਬਣੇ ਸਨ ਅਤੇ ਹੁਣ ਉਹਨਾਂ ਨੇ ਮੰਗ ਪੱਤਰ ਸੌਂਪਿਆ। ਦੇਖੋ ਸਿੱਧੇ ਤੌਰ 'ਤੇ ਅਗਰ ਹਰਜੀਤ ਦੇ ਫੇਕ ਐਨਕਾਊਂਟਰ ਦੇ ਮਾਮਲੇ ਦੀ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਜਿਹੜਾ ਪੀੜਿਤ ਪਰਿਵਾਰ ਹੈ ਉਸਨੇ 22 ਸਾਲ ਲੜਾਈ ਲੜੀ। 22 ਸਾਲ ਲੜਾਈ ਲੜਨ ਤੋਂ ਬਾਅਦ ਜਿਹੜੀ CBI ਦੀ ਵਿਸ਼ੇਸ਼ ਅਦਾਲਤ ਹੈ, ਉਸ ਅਦਾਲਤ ਨੇ ਪੁਲਿਸ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਸਿੱਧੇ ਤੌਰ 'ਤੇ ਉਮਰ ਕੈਦ ਦੀ ਸਜ਼ਾ ਸੁਣਾਈ। ਔਰ ਪੀੜਿਤ ਪਰਿਵਾਰ ਜਿਹੜਾ ਹੈ ਉਹ ਵੀ ਸਾਡੇ ਨਾਲ ਹੈ, ਉਹਨਾਂ ਨਾਲ ਵੀ ਗੱਲਬਾਤ ਕਰਨ ਦਾ ਪ੍ਰਯਾਸ ਕਰਾਂਗੇ ਕਿ ਜਿਸ ਤਰ੍ਹਾਂ ਨਾਲ ਆ ਪੂਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ, ਕਿਉਂਕਿ ਸਿੱਧੇ ਤੌਰ 'ਤੇ ਵੱਡਾ ਮਾਮਲਾ ਸੀ ਔਰ ਇਸ ਮਾਮਲੇ ਦੇ ਵਿੱਚ 22 ਸਾਲ ਲੜਾਈ ਲੜਨ ਤੋਂ ਬਾਅਦ ਜਿਹੜਾ ਪੀੜਿਤ ਪਰਿਵਾਰ ਹੈ ਉਸਨੂੰ ਇਨਸਾਫ਼ ਮਿਲਾ ਸੀ। ਲੇਕਿਨ ਜਿਹੜੀ ਸਜ਼ਾ ਕੋਰਟ ਨੇ ਦਿੱਤੀ ਸੀ ਉਸ ਸਜ਼ਾ ਤੋਂ ਵੀ ਪਰਿਵਾਰ ਜਿਹੜਾ ਉਹ ਸੰਤੁਸ਼ਟ ਨਹੀਂ ਸੀ। ਉਹਨਾਂ ਨੇ ਡਬਲ ਬੈਂਚ ਦੇ ਵਿੱਚ ਇੱਕ ਯਾਚਿਕਾ ਫਾਈਲ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਹੋਰ ਵੱਧ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਇਸੇ ਨੂੰ ਲੈ ਕੇ ਅੱਜ ਜਿਹੜਾ ਵਫਦ ਹੈ ਉਹ ਸਿੱਧੇ ਤੌਰ 'ਤੇ ਰਾਜਪਾਲ ਨੂੰ ਮਿਲਿਆ, ਕਿਉਂਕਿ ਸਿੱਧੇ ਤੌਰ 'ਤੇ ਉਹਨਾਂ ਨੇ ਇੱਥੇ ਦਰਖਾਸਤ ਕੀਤੀ ਰਾਜਪਾਲ ਨੂੰ ਕਿ ਉਹਨਾਂ ਨੇ ਜਿਹੜਾ ਆਰਡਰ ਸਜ਼ਾ ਮਾਫੀ ਦਾ ਕੀਤਾ ਉਸਨੂੰ ਰੀਕੋਲ ਕੀਤਾ ਜਾਏ, ਕਿਉਂਕਿ ਇੱਥੇ ਸੁਖਬੀਰ ਬਾਦਲ ਨੇ ਆਰੋਪ ਲਾਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ 'ਤੇ ਰਾਜਪਾਲ ਨੇ ਦੋਸ਼ੀ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਮਾਫੀ ਦੇਣ ਦਾ ਫੈਸਲਾ ਜਿਹੜਾ ਉਹ ਇੱਥੇ ਕੀਤਾ, ਰੀਕੋਲ ਕਰਨ ਦਾ ਫੈਸਲਾ ਲਿਆ, ਕਿਹਾ ਗਿਆ ਕਿ ਰੀਕੋਲ ਜਿਹੜਾ ਆਪਣਾ ਆਰਡਰ ਕਰਿਆ ਜਾਏ, ਔਰ ਅਗਰ ਰੀਕੋਲ ਨਹੀਂ ਕਰਦੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਗੇ ਐਕਸ਼ਨ ਲੈਂਦਾ ਹੋਇਆ ਨਜ਼ਰ ਆਏਗਾ। ਔਰ ਅਗਰ ਆਪਾਂ ਗੱਲ ਕਰੀਏ ਪੀੜਿਤ ਪਰਿਵਾਰ ਦੀ ਤਾਂ ਇਸ ਵਫਦ ਦੇ ਵਿੱਚ ਜਿਹੜਾ ਮ੍ਰਿਤਕ ਯੁਵਕ ਹੈ ਉਹਦੀ ਭੈਣ ਔਰ ਉਹਦੇ ਪਿਤਾ ਵੀ ਇੱਥੇ ਮੌਜੂਦ ਸੀ। ਔਰ ਸਿੱਧੇ ਤੌਰ 'ਤੇ ਅਗਰ ਆਪਾਂ ਗੱਲ ਕਰੀਏ ਤਾਂ ਜਿਹੜਾ ਮ੍ਰਿਤਕ ਯੁਵਕ ਹੈ ਉਸਦੀ ਭੈਣ ਵੀ ਸਾਡੇ ਨਾਲ ਹੈ, ਉਸ ਨਾਲ ਵੀ ਗੱਲਬਾਤ ਕਰਨ ਦਾ ਪ੍ਰਯਾਸ ਕਰਾਂਗੇ ਕਿ ਕੀ ਕੁਛ ਹੋਇਆ ਸੀ, ਕਿਉਂਕਿ ਸਿੱਧੇ ਤੌਰ 'ਤੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਉਸ ਸਮਾਂ ਪੁਲਿਸ ਮੁਲਾਜ਼ਮ ਜਿਹੜੇ ਨੇ ਇਹਨਾਂ ਦੇ ਭਰਾ ਨੂੰ ਲੈ ਕੇ ਗਏ ਸੀ। ਕੀ ਕੁਛ ਹੋਇਆ ਸੀ ਔਰ ਜਿਸ ਤਰ੍ਹਾਂ ਨਾਲ ਤੁਹਾਨੂੰ 22 ਸਾਲ ਬਾਅਦ ਇਨਸਾਫ਼ ਮਿਲਿਆ ਔਰ ਅਚਾਨਕ ਨਾਲ ਹੀ ਦੋਸ਼ੀਆਂ ਨੂੰ ਮਾਫ਼ੀ ਦਿੱਤੀ ਗਈ, ਕੀ ਕਹੋਗੇ ਇਸ ਪੂਰੇ ਮਾਮਲੇ ਨੂੰ? ਹਾਂਜੀ, ਮੈਂ ਤਾਂ ਇੱਦਾਂ ਹੀ ਕਹੂੰਗੀ ਵੀਰ ਜੀ ਵੀ ਉਹਨਾਂ ਨੂੰ ਦੁਬਾਰਾ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਡੇ ਨਾਲ ਬਹੁਤ ਧੱਕਾ ਹੋਇਆ। ਗਰੀਬ ਪਰਿਵਾਰ 'ਚੋਂ ਬੋਲਦੇ ਹਾਂ ਅਸੀਂ, 26 ਸਾਲ ਅਸੀਂ ਕੇਸ ਲੜਿਆ ਵੀਰ ਜੀ, ਅਤੇ ਹੁਣ ਉਹਨਾਂ ਨੂੰ ਦੁਬਾਰਾ ਅਸੀਂ ਜੇ ਇਹਨਾਂ ਨੇ ਨਾ ਗ੍ਰਿਫਤਾਰ ਕਰਿਆ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ, ਜਿੱਥੇ ਤੱਕ ਹੋਊ ਅਸੀਂ ਜਾਵਾਂਗੇ, ਅਤੇ ਉਹਨਾਂ ਨੂੰ ਗ੍ਰਿਫਤਾਰ ਤੁਰੰਤ ਕੀਤਾ ਜਾਵੇ, ਸਖ਼ਤ ਤੋਂ ਸਖ਼ਤ ਉਹਨਾਂ ਨੂੰ ਜਿਹੜੀ ਬਣਦੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਤੁਸੀਂ 22 ਸਾਲ ਲੜਾਈ ਲੜੀ, ਸਭ ਕੁਝ ਗਵਾਤਾ ਆਪਣਾ, ਔਰ ਅੱਜ ਉਹਨਾਂ ਨੂੰ ਜਿਸ ਤਰ੍ਹਾਂ ਨਾਲ ਇੱਥੋਂ ਮਾਫ਼ੀ ਮਿਲ ਗਈ, 2 ਸਾਲ ਦੇ ਅੰਦਰ ਹੀ ਮਾਫ਼ੀ ਮਿਲ ਗਈ, ਅਤੇ ਸਰਕਾਰ ਦੇ ਇਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਬਹੁਤ ਧੱਕਾ ਹੋਇਆ ਜੀ ਸਾਡੇ ਨਾਲ, ਗਰੀਬਾਂ ਨਾਲ, ਗਰੀਬ ਪਰਿਵਾਰ 'ਚੋਂ ਬੋਲਦੇ ਆ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਦੁਬਾਰਾ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ, ਤਾਂ ਜੋ ਅੱਗੇ ਕਿਸੇ ਨਾਲ ਧੱਕਾ ਨਾ ਹੋਵੇ। ਅਸੀਂ ਵੀ ਗਰੀਬ ਪਰਿਵਾਰ 'ਚੋਂ ਹੀ ਬੋਲਦੇ ਹਾਂ, ਅਸੀਂ 26 ਸਾਲ ਇਹੀ ਕਰਕੇ ਕੇਸ ਲੜਿਆ ਵੀ ਸਾਡੇ ਨਾਲ ਤਾਂ ਹੋ ਗਿਆ, ਜੋ ਧੱਕਾ ਹੋਇਆ ਗਾਹਾਂ ਕਿਸੇ ਗਰੀਬ ਪਰਿਵਾਰ 'ਚੋਂ ਨਾ ਹੋਵੇ। ਤੁਹਾਡੇ ਸਾਹਮਣੇ ਤੁਹਾਡੇ ਭਰਾ ਨੂੰ ਘਰੋਂ ਚੱਕ ਕੇ ਲੈ ਕੇ ਗਏ ਸੀ? ਮੇਰੇ ਕੋਲੋਂ ਲੈ ਕੇ ਗਏ ਨੇ ਜੀ, 11:15 ਵਜੇ, 11:30 ਵਜੇ ਮੇਰੇ ਕੋਲੋਂ ਹੀ ਲੈ ਕੇ ਗਏ ਨੇ। ਚਾਹ ਪੀਂਦੇ ਸੀਗੇ ਅਸੀਂ ਅਤੇ ਉਹ ਆਏ ਸੀਗੇ ਦਵਾਈ ਦਵਾਉਣ, ਡਾਕਟਰ ਦੇ ਲੱਗੇ ਹੋਏ ਸੀ ਉੱਥੇ ਮਲੇਰਕੋਟਲੇ, ਉਹਨਾਂ ਦੀ ਭੈਣ ਨੂੰ ਗਾਹਾਂ ਸ਼ੂਗਰ ਸਾਗਰ ਹੋਇਆ ਸੀ, ਸਾਡੇ ਡੇਰੇ 'ਚ ਦਵਾਈ ਦਿੰਦੇ ਸੀ, ਉਹ ਦਵਾਈ ਲੈਣ ਆ ਕੇ ਘਰ ਆ ਗਏ ਵੀ ਚਾਹ ਪੀ ਕੇ ਚੱਲਦੇ ਹਾਂ। ਜਦ ਹੀ 4 ਪੁਲਿਸ ਵਾਲੇ ਆਏ ਜੀ, ਉਹ ਕਹਿੰਦੇ ਵੀ ਹਰਜੀਤ ਸਿੰਘ ਘਰੇ ਆ? ਮੈਂ ਕਿਹਾ ਹਾਂਜੀ ਘਰੇ ਆ। ਕਹਿੰਦੇ ਅਸੀਂ ਇਹਨੂੰ ਲੈ ਕੇ ਜਾਣਾ। ਮੈਂ ਕਿਹਾ ਤੁਸੀਂ ਕਿੱਥੇ ਲੈ ਕੇ ਜਾਣਾ? ਕਹਿੰਦਾ ਜੀ ਅਸੀਂ ਮਲੌਦ ਥਾਣੇ 'ਚ ਲੈ ਕੇ ਜਾਣਾ। ਜਦੋਂ ਦੂਜੀ ਸਵੇਰ ਬਾਪੂ ਨੂੰ ਭੇਜਿਆ ਮਲੌਦ ਥਾਣੇ 'ਚ, ਉਹ ਕਹਿੰਦੇ ਜੀ ਪੈੜ ਲੈ ਗਏ, ਪੈੜ ਗਏ, ਕਹਿੰਦੇ ਹਰਦੁਆਰ ਲੈ ਗਏ, ਹਰਦੁਆਰ ਗਏ, ਕਹਿੰਦੇ ਯੂਪੀ ਦਾ ਮੁਕਾਬਲਾ ਬਣਾਤਾ ਜੀ, ਅਖਬਾਰ ਆ ਗਿਆ ਸੀਗਾ ਫਿਰ। ਹਾਂਜੀ ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਕਾਰਨ ਜਾਣਨਾ ਚਾਹਾਂਗੇ ਨਾ, ਤਾਂ ਕਿ ਮਾਮਲਾ ਕੀ ਸੀ, ਕਿਉਂ ਲੈ ਕੇ ਗਏ, ਕੁਛ ਤਾਂ ਪਤਾ ਚੱਲਿਆ ਹੋਣਾ ਕਿਉਂਕਿ 26 ਸਾਲ ਹੋ ਚੁੱਕੇ ਨੇ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਈ ਹੋਣੀ ਕਿਸ ਮਾਮਲੇ ਦੇ ਵਿੱਚ ਉਹ ਚੁੱਕ ਕੇ ਲੈ ਗਏ, ਕਿਉਂਕਿ ਜਦੋਂ ਘਰੇ ਰੇਡ ਹੁੰਦੀ ਹੈ ਪੁਲਿਸ ਦੀ ਤਾਂ ਵੱਡਾ ਕੋਈ ਜਿਹੜਾ ਮਾਮਲਾ ਜ਼ਰੂਰ ਹੁੰਦਾ। ਦੇਖੋ ਅਗਰ ਮਾਮਲੇ ਦੀ ਗੱਲ ਕਰੀਏ ਤਾਂ ਉਸ ਸਮੇਂ ਜ਼ਰੂਰ ਦੋਸ਼ ਲਾਏ ਗਏ ਸੀ ਕਿ ਤੂੰ ਆਹ ਗੁਨਾਹ ਕੀਤਾ, ਤੂੰ ਆਹ ਗੁਨਾਹ ਕੀਤਾ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਆਹ ਕਿਹਾ ਗਿਆ, ਕਿਉਂਕਿ ਸੁਖਬੀਰ ਬਾਦਲ ਇੱਕ ਵੱਡਾ ਬਿਆਨ ਦਿੰਦੇ ਨਜ਼ਰ ਆਏ ਕਿ RMP ਡਾਕਟਰ ਦੇ ਕੋਲ ਉਸ ਸਮਾਂ ਹਰਜੀਤ ਸਿੰਘ ਜਿਹੜਾ ਉਹ ਜੋਬ ਕਰਦਾ ਸੀ, ਉਸਨੂੰ ਕਿਹਾ ਗਿਆ ਕਿ ਇਸ 'ਤੇ ਆਰੋਪ ਲਾਏ ਗਏ ਹੈ, ਜਿਸ ਤੋਂ ਬਾਅਦ ਘਰੋਂ ਉਸ ਮੁੰਡੇ ਨੂੰ ਚੱਕ ਕੇ ਲੈ ਗਏ, ਔਰ ਇੱਕ ASI ਦੇ ਨਾਲ 4 UP ਪੁਲਿਸ ਦੇ ਮੁਲਾਜ਼ਮ ਸੀ, ਔਰ ਉਸ ਤੋਂ ਬਾਅਦ 4 ਦਿਨਾਂ ਬਾਅਦ ਇਸ ਯੁਵਕ ਨੂੰ UP ਲਿਜਾਇਆ ਜਾਂਦਾ ਹੈ ਜਿੱਥੇ ਉਸਦਾ ਫੇਕ ਐਨਕਾਊਂਟਰ ਕਰਤਾ ਜਾਂਦਾ ਹੈ, ਜਿਸ ਤੋਂ ਬਾਅਦ ਇਸ ਮਾਮਲੇ ਦੀ CBI ਜਾਂਚ ਹੁੰਦੀ ਹੈ। CBI ਜਾਂਚ ਤੋਂ ਬਾਅਦ ਤਕਰੀਬਨ 22 ਸਾਲ ਤੋਂ ਬਾਅਦ ਫੈਸਲਾ ਆਉਂਦਾ ਹੈ ਔਰ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਲੇਕਿਨ ਇਸ ਉਮਰ ਕੈਦ ਦੀ ਸਜ਼ਾ ਦੇ ਵਿਚਕਾਰ ਹੀ ਤਕਰੀਬਨ 2 ਸਾਲ ਹੋਏ ਹੁੰਦੇ ਹੈ ਸਜ਼ਾ ਕੱਟਦੇ ਹੋਏ ਇਨ ਦੋਸ਼ੀਆਂ ਨੂੰ, ਲੇਕਿਨ ਰਾਜਪਾਲ ਦੇ ਕੋਲ ਇੱਕ ਸਿਫਾਰਿਸ਼ ਆਉਂਦੀ ਹੈ ਕਿ ਇਹਨਾਂ ਨੂੰ ਤਰਸ ਦੇ ਆਧਾਰ 'ਤੇ ਮਾਫ਼ੀ ਦਿੱਤੀ ਜਾਏ। ਰਾਜਪਾਲ ਉਸ ਰਿਕੁਐਸਟ ਨੂੰ ਮੰਨਦੇ ਹੋਏ ਇਹਨਾਂ ਨੂੰ ਮਾਫ਼ੀ ਵੀ ਦੇ ਦਿੰਦੇ ਹੈ, ਜਿਸ ਤੋਂ ਬਾਅਦ ਆਹ ਵਿਵਾਦ ਖੜ੍ਹਾ ਹੁੰਦਾ ਕਿ 22 ਸਾਲ ਇੱਕ ਗਰੀਬ ਪਰਿਵਾਰ ਨੇ, ਇੱਕ ਪੀੜਿਤ ਪਰਿਵਾਰ ਨੇ
और उस लड़ाई का नतीजा की निकलिया कि दोषियों नू 2 साल तो बाद ही माफ़ी देती गई। इसी करके हुण एक बड़ा वफद जिहड़ा इत्थे मिलन आया और सीधे तौर पर उन्होंने कहा कि अपना फैसला राज्यपाल नू रीकॉल करना चाहिए और रीकॉल करन तो बाद जिहड़ा इस मामले की जाँच भी होनी चाहिए कि आखिर सरकार ने इस तरह का कदम क्यों चुकया। नालों नाल यह भी आरोप लाए गए हैं कि कैप्टन सरकार ने राज्यपाल के सामने जिहड़े फैक्ट्स रखे सी इस मामले के वह सारे फैक्ट्स भी छुपाए गए हैं। असल हकीकत इस मामले की राज्यपाल नहीं दसी गई, क्योंकि अगर राज्यपाल असल हकीकत इस मामले की दसी जाती तो फिर शायद राज्यपाल इस तरह की माफ़ी का फैसला ना लेंदे। लेकिन हुण देखना होएगा कि इस ज्ञापन तो बाद राज्यपाल जिहड़े ने इस मामले पर की कुछ ज्ञान लै पाते हैं और आज जो गिरगिरी परिवार है इसकी गुहार नू किस नजरिए नाल वेख्या जांदा है। जी ठीक है विनीत, तो बहुत बहुत धन्यवाद तुहाडा गलबात करन दे लई ते साडे नाल जुड़न दे लई। तुहानू दस दईए कि हरजीत मामले दे विच परिवार जिहड़ा है वह इंसाफ की मांग कर रहा है ते लगातार जिहड़ा अपनी कहानी सुना रहा है ते नाल ही सुखबीर सिंह बादल दी करिए गल, उन्होंने भी प्रैस कॉन्फ्रेंस करके बकायदा परिवार उन्होंने मौजूद सी ते साफ तौर पर सारी कहानी जिहड़ी है मीडिया नूं दसी है। 22 साल बाद इंसाफ मिलिया पर उस तो बाद फिर उन्होंने 2 साल बाद माफ़ी दे दी गई, उन्होंने साफ तौर पर रफा दफा कर दिया गया तो वह भी कैप्टन अमरिंदर सिंह के कहने पर। जिस तो बाद अज सुखबीर सिंह बादल जिहड़े ने वह एक वफद दे नाल राजपाल कोल पहुंचे तो उन्होंने साफ तौर पर मंग की कि जिहड़ा दोबारा तो ये मामला हैगा उन्हें रिकॉल किया जाए, उसनू रिकॉल किया जाए तो दोबारा तो यह मामला जिहड़ा हैगा खोलिया जाए, क्योंकि साफ तौर पर धक्का जिहड़ा हैगा वह किया गया परिवार के नाल किया गया तो नाल ही गरीबी जिहड़ी है वह भी उन्होंने भारू हुंदी दिख रही है। जिस तो बाद उन्होंने इंसाफ की मांग करदे आ नाल ही नाल मुआवजे की मांग की, मुआवजे की मांग की है तो कहा कि 1 करोड़ रुपये घट्टो घट जिहड़ा मुआवजा वह मिलना चाहिए। एक करोड़ रुपया मुआवजे की मांग की है क्योंकि सारा कुछ इन्हों 26 साल विक चुकया, ये परिवार का कहना है हूँ उन्होंने को गुजारा करने के लिए कोई पैसे नहीं हैं, उन्होंने 26 साल इसकी लड़ाई लड़ी है, 22 साल बाद इंसाफ जरूर मिले पर फिर वह बेइंसाफ के बदल गया क्योंकि उस तो बाद फिर तो उन्होंने पुलिस मुलाजमान बरी कर दिया गया, उन्होंने रफा दफा किया गया तो फिर हूँ मांग की उठ रही है कि हरजीत को इंसाफ मिलना चाहिए। जिस तो बाद सुखबीर सिंह बादल ने अच राजपाल मुलाकात की है तो हूँ वेखना होएगा कि राजपाल की रुख अख्तियार करते हैं कि इस मामले पर अपना रुख स्पष्ट करते हैं कि कुछ कार्रवाई होंगी है कि परिवार को इंसाफ मिलता कि नहीं। एक होर खास गल परिवार ने भी कहा कि जो उन्होंने इतने इंसाफ नहीं मिलता तो सुप्रीम कोर्ट का दरवाज़ा खटखटाएंगे, साफ तौर पर उन्होंने कह दिया कि सुप्रीम कोर्ट का रुख करेंगे उत्थे इंसाफ की गुहार लगाएंगे क्योंकि उन्होंने इंसाफ चाहिए। दस दिए कि इतों के मुंडे नू हरजीत नू पंजाब के मुंडे नू यूपी दे विच ले जा के एनकाउंटर कर दिता गया, 4 पुलिस मुलाजम उन्होंने घरों चुके लै गए तो फेक एनकाउंटर दे विच ओ मारे गए। गवर्नर साहब नू मिले हैं कैप्टन अमरिंदर सिंह की सिफारिश से जो 4 पुलिस मुलाजम जिन्होंने एक सिख नौजवान का फेक इनकाउंटर किया जिन्होंने पुलिस मुलाजमान कोर्ट्स ने दिती ते 2 साल जेल रहन दे बावजूद कल्ले 2 साल बाद उन्होंने माफ़ी दे दिती, एक बहुत वड्डा गुनाह ते पाप किया। अज असी गवर्नर साहब नूं मिले हैं कि वो जिहड़ा उन्हां दा ऑर्डर है उन्हूं इमीजिएटली रिकॉल किया जाए, साडे नाल वो जिहड़ा नौजवान बच्चा हरजीत सिंह जिहड़ा 22 साल की उम्र सी मलेरकोटले एक RMP डॉक्टर की दुकान ते बच्चा कम करता सी, उस नूं हरिंदर सिंह ASI दे नाल 4 UP दे पुलिस मुलाजम आए उस दी घरों उन्हूं उठा के लै गए ते उस टाइम उस नौजवान बच्चे दी भैन बीबी हरजिंदर कौर साडे नाल हैगी, हरजीत कौर साडे नाल हैगी, उन्हां दे सामने इन्हां दे सामने वो बच्चे नूं उठा के लै गए मलौट थाने, जदों परिवार भज के
ਸਰ ਮਹਿੰਦਰ ਸਿੰਘ ਉਦੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਸੀ, ਰੋਡਵੇਜ਼ ਦੇ ਵਿੱਚ ਮੁਲਾਜ਼ਮ ਸੀ। ਇੱਕ ਐਸੀ ਪਰਿਵਾਰ, ਗਰੀਬ ਪਰਿਵਾਰ ਨਾਲ ਸੰਬੰਧਿਤ, ਜਦੋਂ ਆ ਮਲੋਟ ਥਾਣੇ ਗਏ, ਉੱਥੇ ਉਹਨਾਂ ਨੂੰ ਕਿਹਾ ਕਿ ਇੱਥੇ ਨਹੀਂ ਹੈ, ਹੋਰ ਕਿਤੇ ਹੈ, ਹੋਰ ਕਿਤੇ ਨਹੀਂ, ਹੋਰ ਕਿਤੇ ਹੈ। ਅਤੇ ਚਾਰ ਦਿਨ ਬਾਅਦ ਯੂਪੀ ਦੀ ਖਬਰ ਆਈ ਕਿ ਇੱਕ ਇਨਕਾਊਂਟਰ ਹੋਇਆ ਜਿੱਥੇ ਹਰਜੀਤ ਸਿੰਘ ਨੂੰ ਅਤੇ ਸੁਖਬੀਰ ਸਿੰਘ ਬਾਦਲ ਜਿਹੜੇ ਗੱਲਬਾਤ ਕਰ ਰਹੇ ਸੀ। ਅਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਵਿਅਕਤੀ ਰੋਡ ਲਿਵਿੰਗ ਇੰਡੀਆ ਨਿਊਜ਼, ਮੈਨੂੰ ਇਜਾਜ਼ਤ, ਧੰਨਵਾਦ।